ਬੀਜਾ ਸਾਡੇ ਦਿਲਾਂ ਵਿੱਚ ਜਾਂਦਾ, ਸਾਡੇ ਘਰਾਂ ਚ ਜਾਂਦਾ, ਸਾਡੇ ਸੋਚਾਂ ਵਿਚਾਰਾਂ ਚ ਜਾਂਦਾ, ਅਤੇ ਸ਼ੈਤਾਨ ਉਹਨੂੰ ਬੀਜਣ ਤੋਂ ਪਹਿਲਾਂ ਹੀ ਕੀ ਕਰਦਾ ਆ, ਉਖਾੜ ਕੇ ਸੁੱਟ ਦਿੰਦਾ ਆ। ਤੇ ਫਿਰ ਫਲ ਦੀ ਉਮੀਦ ਅਸੀਂ ਕਿੱਥੋਂ ਕਰਦੇ ਹਾਂ, ਸ਼ਿਫਾ ਦੀ ਉਮੀਦ ਕਿੱਥੋਂ ਕਰਦੇ ਹਾਂ, ਛੁਟਕਾਰੇ ਦੀ ਉਮੀਦ ਕਿੱਥੋਂ ਕਰਦੇ ਹਾਂ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਦੋਂ ਪਰਮੇਸ਼ੁਰ ਦਾ ਵਚਨ ਚੱਲੇ, ਨਾ ਕੋਈ ਉੱਠੇ, ਨਾ ਕੋਈ ਜਾਏ, ਨਾ ਕੋਈ ਬਹਿ, ਆਪਣਾ ਪੂਰਾ ਧਿਆਨ ਫੋਕਸ ਪਰਮੇਸ਼ੁਰ ਦੇ ਵਚਨ ਦੇ ਵਿੱਚ ਰੱਖੇ। ਤਕਰੀਬਨ 2000 ਦੇ ਵਿੱਚ ਮੈਂ ਇੱਕ ਬਾਈਬਲ ਕਾਲਜ ਦੇ ਵਿੱਚ ਸੀਗਾ, ਉੱਥੇ ਇੱਕ ਪ੍ਰੀਚਰ ਪ੍ਰੀਚ ਕਰਦਾ ਸੀਗਾ, ਅਤੇ ਉਹਨੇ ਆਪਣੀ ਪ੍ਰੀਚ ਦੇ ਵਿੱਚ ਸਾਡੀਆਂ ਧੋਣਾਂ ਨੂੰ ਇੱਦਾਂ ਰੱਖਿਆ ਹੋਇਆ ਸੀਗਾ, ਨਿਗਾਹ ਸਾਹਮਣੇ। ਉਹ ਕਹਿੰਦਾ ਸੀਗਾ, ਮੈਂ ਜਦੋਂ ਤੁਹਾਡੇ ਵੱਲ ਵੇਖਾਂ, ਤੁਹਾਡੀਆਂ ਅੱਖਾਂ ਝਪਕਣੀਆਂ ਨਹੀਂ ਚਾਹੀਦੀਆਂ, ਜਾਂ ਮੇਰਾ ਧਿਆਨ ਤੁਹਾਡੇ ਵੱਲ ਹੋਵੇ, ਜਿਹਦੀ ਅੱਖ ਝਪਕ ਗਈ ਉਹ ਕਲਾਸ ਵਿੱਚ ਫੇਲ ਆ, ਉਹ ਬਾਹਰ ਜਾਏਗਾ, ਉਹਨੂੰ ਜੁਰਮਾਨਾ ਭਰਨਾ ਪੈਂਦਾ ਸੀਗਾ, ਪੂਰੇ ਕਾਲਜ ਦੇ ਬਰਤਨ ਮਾਂਜਣੇ ਪੈਂਦੇ ਸੀਗੇ, ਝਾੜੂ ਪੋਚਾ ਲਗਾਉਣਾ ਪੈਂਦਾ ਸੀਗਾ। ਤੁਹਾਨੂੰ ਪਤਾ ਉਹ ਪ੍ਰੀਚ ਕਿੱਦਾਂ ਕਰਦਾ ਸੀਗਾ, ਉਹਦੇ ਪ੍ਰੀਚ ਕਰਨ ਦਾ ਸਟਾਈਲ ਸੀਗਾ ਇਸ ਤਰ੍ਹਾਂ, ਬਾਈਬਲ ਨੂੰ ਦੇਖਦਾ ਹੀ ਨਹੀਂ ਸੀਗਾ, ਉਹ ਪੂਰਾ ਆਪਣਾ ਧਿਆਨ ਸਟੂਡੈਂਟ ਦੇ ਵੱਲ, ਜਿਹੜੇ ਲੋਕ ਮੋਹਰੇ ਟੇਬਲ 'ਤੇ ਬੈਠੇ, ਕੁਰਸੀਆਂ 'ਤੇ ਬੈਠੇ, ਉਹਨਾਂ ਦੇ ਵੱਲ, ਉਹਨਾਂ ਦੀਆਂ ਅੱਖਾਂ ਦੇ ਵੱਲ। ਹਾਲੇ ਲੋਈਆ ਕਰ ਰਿਹਾ ਪ੍ਰੀਚ, ਪਰ ਅੱਖਾਂ ਵੱਲ ਵੇਖ ਰਿਹਾ, ਅਤੇ ਜਿਹੜੇ ਸੁਣ ਰਹੇ ਸੀਗੇ ਤਾਂ ਉਹਨਾਂ ਦੀਆਂ ਵੀ ਅੱਖਾਂ ਬਿਲਕੁਲ ਖੁੱਲੀਆਂ। ਹਾਲੇ ਲੋਈਆ ਅਤੇ ਅੱਜ ਮੈਨੂੰ ਯਾਦ ਆ ਰਿਹਾ, ਜੇ ਉਸ ਸਮੇਂ ਅੱਖਾਂ ਬੰਦ ਹੁੰਦੀਆਂ ਤਾਂ ਅੱਜ ਜਿਹੜਾ ਪ੍ਰਤੀਫਲ ਪਰਮੇਸ਼ੁਰ ਲਾਈਫ ਦੇ ਵਿੱਚ ਦੇ ਰਿਹਾ ਆ, ਜਿਹੜਾ ਫਲ ਲੱਗ ਰਿਹਾ ਆ ਉਹ ਕਦੇ ਨਾ ਲੱਗਦਾ। ਬੋਲੋ ਐਵੇਂ। ਮੇਰੇ ਕਹਿਣ ਦਾ ਮਤਲਬ, ਜੇ ਤੁਹਾਡਾ ਧਿਆਨ ਇੱਧਰ ਉੱਧਰ ਰਹੇਗਾ ਤਾਂ ਫਿਰ ਪਰਮੇਸ਼ੁਰ ਦਾ ਵਚਨ ਜਿਹੜਾ ਚੁਰਾਣੇ ਵਾਲਾ ਆ ਉਹ ਚੁਰਾ ਕੇ ਲੈ ਕੇ ਚਲੇ ਜਾਏਗਾ, ਉਹ ਹੈਗਾ ਦੁਸ਼ਟ। ਇਸ ਕਾਰਨ ਸਾਨੂੰ ਪਰਮੇਸ਼ੁਰ ਦਾ ਇੱਕ ਇੱਕ ਟੌਪਿਕ, ਇੱਕ ਇੱਕ ਸ਼ਬਦ ਜਿਹੜਾ ਅਸੀਂ ਐਤਵਾਰ ਆ ਕੇ ਸੁਣਦੇ ਹਾਂ ਉਹਨੂੰ ਅਸੀਂ ਯਾਦ ਰੱਖਣਾ ਹੈ। ਫਿਰ ਫਾਇਦਾ ਕੀ ਹੈ ਚਰਚ ਆਉਣ ਦਾ, ਬੰਦਗੀ ਕਰਨ ਦਾ, ਧੰਨਵਾਦ ਕਰਨ ਦਾ, ਆਰਾਧਨਾ ਕਰਨ ਦਾ, ਜੇ ਪਰਮੇਸ਼ੁਰ ਦਾ ਵਚਨ ਹੀ ਨਾ ਯਾਦ ਰੱਖੀਏ। ਬਹੁਤ ਹੀ ਫੇਮਸ ਬਾਈਬਲ ਦੇ ਵਿੱਚੋਂ ਆਪਾਂ ਕਹਾਣੀ ਸਿੱਖੀ ਸੀਗੀ ਪਰਮੇਸ਼ੁਰ ਦੇ ਦਾਸ ਅਬਰਾਹਮ ਤੇ ਲੂਤ ਦੇ ਬਾਰੇ। ਆਪਾਂ ਦੇਖਿਆ ਸੀਗਾ ਕਿ ਜਦੋਂ ਉਹ ਇੱਕ ਦੂਜੇ ਤੋਂ ਅਲੱਗ ਹੋਏ ਤਾਂ ਉਹਨਾਂ ਦਾ ਦੋਨਾਂ ਦਾ ਕੀ ਹਾਲ ਹੋਇਆ ਸੀਗਾ। ਇੱਕ ਪਰਮੇਸ਼ੁਰ ਦਾ ਦਾਸ ਜਿਹੜਾ ਅਬਰਾਹਮ ਸੀ ਉਹਦਾ ਹਾਲਾਤ ਜਿਹੜੇ ਸੀਗੇ ਉਹ ਸੁਧਰਨੇ ਸ਼ੁਰੂ ਹੋ ਗਏ, ਤੇ ਦੂਸਰਾ ਜਿਹੜਾ ਸੀਗਾ ਲੂਤ ਜਿਹੜੇ ਉਹਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਇਹਨਾਂ ਦੋਨਾਂ ਦੀ ਲਾਈਫ ਦੇ ਬਾਰੇ ਪਰਮੇਸ਼ੁਰ ਨੇ ਸਾਨੂੰ ਸਿਖਾਇਆ ਕਿ ਸ਼ਾਇਦ ਜੇ ਅਸੀਂ ਪਰਮੇਸ਼ੁਰ ਤੋਂ ਵੱਖ ਹੋ ਜਾਈਏ, ਪਰਮੇਸ਼ੁਰ ਤੋਂ ਪਰੇ ਹਟ ਜਾਈਏ, ਸੰਗਤ ਨੂੰ ਛੱਡ ਦੇਈਏ ਤਾਂ ਸਾਡਾ ਜਿਹੜਾ ਹਾਲ ਹੈ ਉਹ ਝੱਲਣ ਯੋਗ ਨਹੀਂ ਹੋਵੇਗਾ। ਲੂਤ ਦੀ ਲਾਈਫ ਦੇ ਵਿੱਚ ਅਸੀਂ ਦੇਖਿਆ ਕਿ ਲੂਤ ਕਿੱਦਾਂ ਝਗੜੇ ਦੇ ਵਿੱਚ ਪੈ ਗਿਆ, ਇੱਥੋਂ ਤੱਕ ਕਿ ਉਹਨੇ ਆਪਣੀ ਪਤਨੀ ਨੂੰ ਵੀ ਗਵਾ ਦਿੱਤਾ, ਪਤਨੀ ਵੀ ਉਹਦਾ ਲੂਣ ਦਾ ਖੰਭਾ ਬਣ ਗਈ ਉਹਦਾ ਅਬਰਾਹਮ ਤੋਂ ਅਲੱਗ ਹੋਣ ਤੋਂ ਬਾਅਦ। ਪਰ ਅਬਰਾਹਮ ਆਸ਼ੀਸ਼ ਤੇ ਆਸ਼ੀਸ਼ ਪਾ ਰਿਹਾ ਸੀ। ਪਰਮੇਸ਼ੁਰ ਨੇ ਉਹਨੂੰ ਬਰਕਤ ਦਿੱਤੀ, ਉਹਨੂੰ ਉੱਚਾ ਉਠਾਇਆ, ਜਿਸ ਦੇਸ਼ ਦੇ ਵੱਲ ਉਹ ਗਿਆ ਸੀ ਉਸ ਦੇਸ਼ ਦੇ ਵਿੱਚ ਪਰਮੇਸ਼ੁਰ ਨੇ ਇੱਕ ਇਹੋ ਜਿਹੀ ਜੰਨਤ ਲਗਾ ਦਿੱਤੀ ਜਿੱਥੇ ਦੂਰ ਦੂਰ ਤੱਕ ਲੋਕ ਆਉਂਦੇ ਸੀ ਉਹਨੂੰ ਦੇਖਣ ਦੇ ਲਈ। ਹਾਲੇਲੂਇਆ। ਉਹਨੂੰ ਬੇਟੇ ਦਾ ਗਿਫਟ ਦਿੱਤਾ, ਉਹਨੂੰ ਬੱਚਾ ਦਿੱਤਾ। ਹਾਲੇਲੂਇਆ। ਉਹਦੇ ਨਾਮ ਨੂੰ ਉੱਚਾ ਉਠਾਇਆ, ਪਰਮੇਸ਼ੁਰ ਨੇ ਉਹਨੂੰ ਮਹਿਮਾ ਦਿੱਤੀ, ਸਾਰੇ ਵਿਸ਼ਵਾਸੀਆਂ ਦਾ ਇੱਕ ਆਤਮਿਕ ਪਿਤਾ ਬਣਾਇਆ ਉਹਨੂੰ। ਇਹ ਬਰਕਤਾਂ ਉਹਨੂੰ ਮਿਲਦੀਆਂ ਨੇ। ਜਿਹੜਾ ਵੱਖ ਹੋਇਆ ਸੀ ਉਹਦਾ ਹਾਲਾਤ ਆਪਾਂ ਦੇਖੇ ਕਿ ਉਹਦੇ ਹਾਲਾਤ ਜਿਹੜੇ ਉਹ ਬੁਰੇ ਤੋਂ ਬੁਰੇ ਹੋ ਰਹੇ ਸੀ, ਬੁਰੇ ਤੋਂ ਬੁਰੇ ਹੋ ਰਹੇ ਸੀਗੇ। ਹਾਲੇਲੂਇਆ। ਇਸ ਕਾਰਨ ਇਹ ਆਪਾਂ ਕਿਉਂ ਸ਼ਬਦ ਸਿੱਖੇ ਸੀਗੇ, ਤਾਂ ਕਿ ਅਸੀਂ ਕਿਤੇ ਵੀ ਆਪਣੇ ਮਨ 'ਚ ਜਾਂ ਸੋਚ ਵਿਚਾਰ 'ਚ ਕਰਕੇ ਇਹ ਸੋਚ ਲਈਏ ਕਿ ਪਰਮੇਸ਼ੁਰ ਤੋਂ ਵੱਖ ਹੋ ਕੇ ਸ਼ਾਇਦ ਸਾਡਾ ਭਲਾ ਹੋ ਜਾਏਗਾ। ਸ਼ੈਤਾਨ ਸਾਡੇ ਕੰਨਾਂ 'ਚ ਆ ਕੇ ਕਹੇਗਾ ਤੂੰ ਵੱਖ ਹੋ ਜਾ, ਤੂੰ ਛੱਡ ਦੇ, ਤੂੰ ਨਾ ਜਾ, ਤੂੰ ਨਾ ਪ੍ਰੇਅਰ ਕਰ, ਨਾ ਵਰਤ ਰੱਖ, ਤੂੰ ਨਾ ਪਰਮੇਸ਼ੁਰ ਦਾ ਵਚਨ ਪੜ੍ਹ। ਸ਼ੈਤਾਨ ਸਾਡੇ ਕੰਨਾਂ 'ਚ ਕਹੇਗਾ ਕਿ ਇਹ ਸ਼ੈਤਾਨ ਜਦੋਂ ਸਾਡੇ ਕੰਨਾਂ 'ਚ ਕਹਿੰਦਾ ਆ ਕਿ ਵਾਕਈ ਉਹ ਏਦਾਂ ਕਰ ਸਕਦਾ ਹੈ। ਇੱਕ ਸਵਾਲ ਹੈ ਤੁਹਾਡੇ ਲਈ ਅੱਜ ਦਾ ਵਚਨ ਸ਼ੁਰੂ ਕਰਨ ਤੋਂ ਪਹਿਲਾਂ। ਸ਼ੈਤਾਨ ਜੋ ਸੋਚਦਾ, ਜੋ ਬੋਲਦਾ ਸਾਡੇ ਕੰਨਾਂ 'ਚ, ਨਾ ਬਾਈਬਲ ਪੜ੍ਹ, ਨਾ ਚਰਚ ਜਾ, ਨਾ ਆਰਾਧਨਾ ਕਰ, ਨਾ ਵਰਤ ਰੱਖ,
ना भजन गीत का ना बंदगी कर कि शैतान ही कम कर सकता है या सारो कर सकता है या नहीं डेफिनेटली कर सकता है। हालेलुया हालेलुया। पर एक गल याद रखना है जेड़े रब की हजूरी च बने रहते हैं ना जे लूत अब्राहम दे नाल बनिया रहिंदा ता उत्थे ओ झगड़ा नहीं होना सीगा उहदियां पालियां विच समझौता हो सकता सीगा उहनां दी लाइफ एक साथ चल सकती सी। पर दुष्ट आत्मा उदों पड़दी आ जदों इंसान रब की हजूरी नूं छड के जांदा है परमेश्वर की हजूरी नूं छड के जांदा आ दुष्ट साडे जीवन ते उदों कब्जा करदा आ नहीं तो दुष्ट बाहर खड़ा वेखदा रहिंदा आ कि हुण इहदे अंदर कोई कमजोरी आवे हुण इहदे अंदर कोई वीकनेस आवे हुण इह अविश्वास दे शब्द बोले चाहे वह जिन्ना मर्जी गंभीर हो जाए चाहे जिन्ना मर्जी बीमार हो जाए चाहे जिन्ना मर्जी उत्ते केस चल जाए जिन्ना मर्जी वह दुखा ना घिर जाए दुष्ट आत्मा उन्हें देखती रहती आ कि हुण इह मैनू की करे बुलावे परमेश्वर नूं फटकारे परमेश्वर दे नाम नूं निंदिया करे अपने परमेश्वर तो दूर होवे ते उस समय अख च भक दे अनुसार ही दुष्ट आत्मा उन्हां ते कब्जा कर लैंदी आ। आपां जूद दे बारे भी देखदे आ उह दुखां विच चले गया पर लास्ट तक उहने रब नूं महिमा दित्ती दुष्ट आत्मा उहदे जीवन च कम नहीं कर सकी। हालेलुया। जदों रब दी हजूरी नूं कोई छड्ड के जांदा आ दुष्ट आत्मा उदों कम करदी आ। किन्ने लोक आमीन बोलदे आ। हालेलुया। जेड़ा रब की हजूरी च बनिया रहिंदा आ परमेश्वर उहदी हिफाजत करदा आ ते उहनूं गूढ़ ज्ञान दीआं गल्लां दसदा आ। आइए असीं परमेश्वर दे वचन दे विचों देखदे आ जदों असीं लूका उहदा 10 अध्याय उहदी असीं 25 आयत नूं पढ़ना शुरू करदे आ। इत्थे कुछ सवाल जवाब हो रहे आ नासरी यीशु मसीह दे नाल। यीशु मसीह नूं उह अपनी खुद दे नाल जितना चाहुंदा सी अपने ज्ञान दे नाल जितना चाहुंदा सी। देखो परमेश्वर ने उन्हें सिखाने के लिए परमेश्वर ने किन्ना गूढ़ा ज्ञान इत्थे प्रकट कर दिता किन्ना गूढ़ा ज्ञान दे दिता उस इंसान को जबकि यीशु मसीह उन्हें सरल तरीके से समझाना चाहता सी पर उसकी बुद्ध उसकी अकल अपने आप से उसका भरोसा होने के कारण यीशु मसीह ने ग्रंथों के ग्रंथ इत्थे फरोल दिते कि समझ हुण मैं तैनूं की समझाना चाहना पढ़िए मेरे नाल। हाँ 10:25 ज्योंदा अधिकारी होवां। यह बंदा जेड़ा सिगा इस शरण दा सिखाउण वाला सिगा। शरण मतलब रब दा वचन। एक टीचर सिगा एक बाइबल दा टीचर सिगा बंदा है। बाइबल नूं प्रीच जिहड़ा करदा उह अलग हुंदा एक सिक्ख्या देण वाला टीचिंग देण वाला उह बंदा अलग हुंदा जिहड़ा बाइबल कॉलेज दे विच टीचिंग दिंदे आ। एक टीचर सीगा और एक टीचर ने आके यीशु मसीह नूं पुछया गुरु जी मैं की करां जो मैं संदीपक जीवन दा अधिकारी होवां। हालेलुया। ओ आवाज नहीं आई अज। हालेलुया। गर्मी ज्यादा है ना अज बोलो आमीन। और इत्थे एक टीचर ने एक परमेश्वर दे वचन नूं सिखाण वाले ने यीशु मसीह नूं कहा गुरु जी मैं की करा जो मैं सदा दे जीवन दा अधिकारी होवां अटरनल लाइफ दा अधिकारी होवां जिहड़ी लाइफ कदे खत्म नहीं हुंदी उस लाइफ दा अधिकारी मैं होवां मैं उहदे विच प्रवेश कर सकां। यीशु मसीह ने उस नूं की आख्या। हां उसने उसनू आख्या कि तुरेत विच की लिखिया होया है। उन्हें क्या बाइबल दे विच की लिखिया होया पुराने नियम च की लिखिया होया आ। हां तू किकर पढ़दा है तू किस तरह पढ़दा है। ता उन्हें उत्तर दिता कि तू प्रभु अपने परमेश्वर नो। देखो उन्हें यीशु मसीह नु कहा कि बाइबल दे विच ऐदा लिखिया पुराने नियम च ऐदा लिखिया तू अपने प्रभु परमेश्वर नो अपने सारे दिल नाल अपने सारे दिल नाल अते अपनी सारी जान नाल अपनी सारी जान दे नाल अते अपनी सारी शक्ति नाल अपनी सारी शक्ति दे नाल अते अपनी सारी बुद्ध नाल प्यार कर अपनी सारी बुद्ध दे नाल अपने प्रभु परमेश्वर नूं की कर तू
प्यार कर हां और अपने गुआंडी नु अपने जिहा देखो अपने गुआंडी नु अपने जिहा उसने उनु आख्या ता ठीक उत्तर दिता देखो यसु मसीह ने कहा बिल्कुल राइट तू बिल्कुल सही है ता बिल्कुल अच्छा उत्तर दिता हां इहो कर ता तू जिएगा ता तू जिंदगी पावेगा बोलो आमीन आमीन बड़े ध्यान ना सुनना कि एथे तक जो यसु मसीह ने उनु ओदे सवाल दा जवाब दिता कि एथे तक ठीक नहीं सिगा कि ओ संतुष्ट हो जांदा कि जेड़ी तू वचन नु पढ़दा आ जेड़ी बाणी नु तू सुनदा आ ओदे अनुसार चल ता तू जिंदा रहेगा ता तैनू सदा दी जिंदगी मिलेगी बोलो आमीन एथे ए बंदा कुछ होर ही सोच के बैठा सिगा अजकल दी कलीसिया अजकल दे लोग भी ए विचार करदे हन ए बंदे ए सोच रहा सिगा कि मैं यसु मसीह नू झूठ ठहरावां और मैं सच्चा ठहरा क्योंकि मैं पुराने नियम दा टीचर हां मैं बाइबल दा टीचर हां मैं बाइबल नू सिखाण वाला बंदा हां ते मैं इत्थे यसु मसीह नू थोड़ा छोटा कर देवां पर पता की होया यसु मसीह ने कहा ਜਿਹੜੀ ਬਾਈਬਲ ਨੂੰ ਤੁਸੀਂ ਖਾ ਰਹੇ ਆ ਜਿਸ ਪੁਰਾਣੇ ਨੇਮ ਨੂੰ ਤੁਸੀਂ ਖਾ ਰਹੇ ਆ ਉਹਦੇ ਉੱਤੇ ਧਿਆਨ ਕਰਕੇ ਕੀ ਲਿਖਿਆ ਹੋਇਆ ਆ ਤਾਂ ਉਹਨੇ ਜਦੋਂ ਧਿਆਨ ਕੀਤਾ ਉਹਨੇ ਕਿਹਾ ਪ੍ਰਭੂ ਜੀ ਐਦਾਂ ਦਾ ਲਿਖਿਆ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਪਿਆਰ ਕਰ ਆਪਣੇ ਪੂਰੀ ਦਿਲ ਨਾਲ ਜਾਨ ਨਾਲ ਸ਼ਕਤੀ ਨਾਲ ਤੇ ਬੁੱਧੀ ਨਾਲ ਪਿਆਰ ਕਰ ਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ਤਾਂ ਯਿਸੂ ਨੇ ਕਿਹਾ ਠੀਕ ਆ ਤੂੰ ਠੀਕ ਕਿਹਾ ਜੇ ਤੂੰ ਇੱਦਾਂ ਕਰਦਾ ਜਾਵੇਂਗਾ ਤਾਂ ਤੂੰ ਜ਼ਿੰਦਗੀ ਪਾਵੇਂਗਾ ਹਾਲੇਲੂਇਆ ਬੋਲੋ ਹਾਲੇਲੂਇਆ ਹਾਲੇਲੂਇਆ ਅੱਜ ਕੀ ਲੋਕ ਕਰਦੇ ਆ ਜ਼ਿੰਦਗੀ ਪਾਉਣ ਦੇ ਵਾਸਤੇ ਜੀਵਨ ਪਾਉਣ ਦੇ ਵਾਸਤੇ ਛੁਟਕਾਰਾ ਤੇ ਸ਼ਿਫਾ ਪਾਉਣ ਦੇ ਵਾਸਤੇ ਚੰਗਿਆਈਆਂ ਪਾਉਣ ਦੇ ਵਾਸਤੇ ਬਰਕਤ ਪਾਉਣ ਦੇ ਵਾਸਤੇ ਆਪਣੇ ਜਿਹੜੇ ਢੰਗ ਆ ਉਹਨਾਂ ਨੂੰ ਚੇਂਜ ਕਰਦੇ ਆ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਚੇਂਜ ਕਰਦੇ ਆ ਆਪਣੇ ਜਿਹੜੇ ਰਸਤੇ ਆ ਉਹਨਾਂ ਨੂੰ ਚੇਂਜ ਕਰਦੇ ਆ ਆਪਣੀ ਭਗਤੀ ਨੂੰ ਚੇਂਜ ਕਰਦੇ ਆ ਆਪਣੇ ਪਹਿਰਾਵੇ ਨੂੰ ਚੇਂਜ ਕਰਦੇ ਆ ਆਪਣਾ ਆਉਣਾ ਜਾਣਾ ਚੇਂਜ ਕਰਦੇ ਆ ਇੱਥੋਂ ਤੱਕ ਕਿ ਚਰਚ ਵੀ ਚੇਂਜ ਕਰ ਦਿੰਦੇ ਆ ਕਿਆ ਪਾਉਣ ਦੇ ਵਾਸਤੇ ਸਿਰਫ ਜੀਵਨ ਪਾਉਣ ਦੇ ਵਾਸਤੇ ਜ਼ਿੰਦਗੀ ਪਾਉਣ ਦੇ ਵਾਸਤੇ ਛੁਟਕਾਰਾ ਪਾਉਣ ਦੇ ਵਾਸਤੇ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਜੋ ਤੂੰ ਪੜ੍ਹ ਰਿਹਾ ਜੋ ਤੂੰ ਸੁਣ ਰਿਹਾ ਜੋ ਤੂੰ ਸਿੱਖਾ ਰਿਹਾ ਉੱਦਾਂ ਹੀ ਕਰਦਾ ਜਾ ਜ਼ਿੰਦਗੀ ਤੇਰੇ ਕੋਲ ਹੈ ਬੋਲੋ ਆਮੀਨ ਜੀਵਨ ਤੇਰੇ ਕੋਲ ਹੈ ਤੈਨੂੰ ਲੱਭਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਪਤਾ ਉਸ ਤੋਂ ਬਾਅਦ ਉਸਨੇ ਕਿਆ ਆਖਿਆ ਹਾਂ ਪੜ੍ਹੀਏ ਜਾ ਅਗਲਾ ਸ਼ਬਦ ਪੜ੍ਹੀਏ ਬਹੁਤ ਖਾਸ ਸ਼ਬਦ ਆ ਪਰ ਉਹ ਜੋ ਚਾਹੁੰਦਾ ਸੀ ਦੇਖੋ ਪਰ ਜੋ ਉਹ ਚਾਹੁੰਦਾ ਸੀਗਾ ਭਾਈ ਆਪਣੇ ਤਾਈ ਸੱਚਾ ਠਹਿਰਾਵੇ ਦੇਖੋ ਉਹ ਇਹ ਚਾਹੁੰਦਾ ਸੀਗਾ ਕਿ ਮੈਂ ਸੱਚਾ ਠਹਿਰਾਂ ਯਿਸੂ ਨੂੰ ਕਿਹਾ ਯਿਸੂ ਨੂੰ ਆਖਿਆ ਫਿਰ ਕੌਣ ਹੈ ਮੇਰਾ ਗੁਆਂਢੀ ਦੇਖੋ ਯਿਸੂ ਮਸੀਹ ਨੂੰ ਸਵਾਲ ਤੇ ਸਵਾਲ ਕਰਨ ਲੱਗਿਆ ਉਹਨੂੰ ਕਿਹਾ ਕਿ ਫਿਰ ਤੂੰ ਮੈਨੂੰ ਕਲੀਅਰ ਕੱਟ ਦੱਸ ਮੇਰਾ ਗੁਆਂਢੀ ਹੈ ਕੌਣ ਬੋਲੋ ਹਾਲੇਲੂਇਆ ਹਾਲੇਲੂਇਆ ਇਹਦਾ ਮਤਲਬ ਕਿ ਉਹ ਪ੍ਰਭੂ ਨੂੰ ਤਾਂ ਜਾਣਦਾ ਸੀਗਾ ਹੈਨਾ ਯਿਸੂ ਮਸੀਹ ਨੇ ਕਿਹਾ ਆਪਣੇ ਪ੍ਰਭੂ ਨੂੰ ਪਿਆਰ ਕਰ ਪਰਮੇਸ਼ਵਰ ਨੂੰ ਜਾਣਦਾ ਸੀਗਾ ਪਰ ਗੁਆਂਢੀ ਨੂੰ ਨਹੀਂ ਜਾਣਦਾ ਸੀਗਾ ਕਿੰਨੇ ਲੋਕ ਮੇਰੀ ਗੱਲ ਸਮਝ ਰਹੇ ਆ ਇਹ ਬੰਦਾ ਵਾਕਈ ਪਰਮੇਸ਼ਵਰ ਨੂੰ ਜਾਣਦਾ ਸੀਗਾ ਅਤੇ ਗੁਆਂਢੀ ਨੂੰ ਨਹੀਂ ਜਾਣਦਾ ਸੀਗਾ ਹਾਲੇਲੂਇਆ ਇਹ ਸਵਾਲ ਯਿਸੂ ਮਸੀਹ ਦੇ ਅੱਗੇ ਉਹਨੇ ਕੀਤਾ ਪੜ੍ਹੋ ਫਿਰ ਯਿਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਜਰੀਹੋ ਨੂੰ ਜਾਂਦਾ ਸੀ ਬੜੇ ਧਿਆਨ ਨਾਲ ਸੁਣਨਾ ਯਿਸੂ ਮਸੀਹ ਨੇ ਉਹਨੂੰ ਉੱਤਰ ਦਿੱਤਾ ਕਿ ਬੜੇ ਧਿਆਨ ਨਾਲ ਹੁਣ ਤੂੰ ਸੁਣ ਉਹਨੇ ਪੁੱਛਿਆ ਕਿ ਮੇਰਾ ਗੁਆਂਢੀ ਕੌਣ ਆ ਇਹਦਾ ਮਤਲਬ ਪਰਮੇਸ਼ਵਰ ਨੂੰ ਜਾਣਦਾ ਸੀਗਾ ਕਿੰਨੇ ਲੋਕ ਤੁਹਾਡੇ ਤੋਂ ਪਰਮੇਸ਼ਵਰ ਨੂੰ ਜਾਣਦੇ ਆ ਆਮੀਨ ਬੋਲੇ ਜਿਹੜੇ ਪ੍ਰਭੂ ਨੂੰ ਜਾਣਦੇ ਆ ਉਹਦਾ ਨਾਮ ਜਾਣਦੇ ਉਹਦਾ ਨਾਮ ਕੀ ਆ ਹਾਲੇਲੂਇਆ ਜਿਹੜੇ ਉਹਦੇ ਕੇ ਪ੍ਰਾਰਥਨਾ ਕਰਦੇ ਆ ਜਿਨ੍ਹਾਂ ਦੀਆਂ ਉਹ ਪ੍ਰਾਰਥਨਾਵਾਂ ਸੁਣਦਾ ਜਿਨ੍ਹਾਂ ਨੂੰ ਉੱਤਰ ਦਿੰਦਾ ਜਿੰਨੇ ਲੋਕ ਪਰਮੇਸ਼ਵਰ ਨੂੰ ਜਾਣਦੇ ਆਮੀਨ ਬੋਲ ਦੋ ਆਮੀਨ ਇੱਥੇ ਇਹ ਬੰਦਾ ਵੀ ਪਰਮੇਸ਼ਵਰ ਨੂੰ ਜਾਣਦਾ ਸੀਗਾ ਪਰ ਸਵਾਲ ਕੀ ਸੀਗਾ ਕਿ ਯਿਸੂ ਮਸੀਹ ਨੂੰ ਕਿਹਾ ਮੇਰਾ ਗੁਆਂਢੀ ਕੌਣ ਹੈ ਦੇਖੋ ਜੇ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ ਤਾਂ ਸਾਨੂੰ ਸਾਡੇ ਗੁਆਂਢੀ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ
है कि नहीं बोलो, पता होना चाहिए कि नहीं। साडा गुआंढी कौन है, साडा पड़ोसी कौन है? यीशु मसीह ने उन्हें समझाने दे लई एक दृष्टांत दसिया। इत्थे यीशु मसीह ने पूरी बाइबल नूं खोलना शुरू कर दिता, ग्रंथ नूं खोलना शुरू कर दिता। ते यीशु मसीह ने आख्या कि एक बंदा, एक मनुख जरूशलम तो जरीहो नूं जांदा सीगा अते डाकुआं दे काबू आ गया अते उन्होंने उस नूं नंगा करके मारिया अते अध मोया कर छड़ चले गए। हालेलुया। देखो एक बंदे दी मिसाल यीशु मसीह ने दिती कि बंदा जरूशलम तो जरीहो नूं जा रहा सीगा ते डाकुआं दे हाथ पै गया। हालेलुया। ये डाकू पता कौन सीगे, कौन सीगे डाकू? है चोरी करने वाले सी, लुटेरे सीगे, मारने वाले सीगे। यीशु मसीह इत्थे जिहड़े आम बाइबल पढ़ते उन्हें लगता कि यह मारन वाले डाकू सीगे, चोरी करने वाले सीगे, पर एक्चुअली परमेश्वर यीशु मसीह इतिहास को खोल रहा सीगा, पुराने नेम को खोल रहा सीगा उन्हें समझाने के लिए। क्योंकि वह टीचर कौन गल का सीगा? तुरेत का। तुरेत का मतलब पुराना नेम, पुराने नेम का वह टीचर सीगा। और टीचर होने के बावजूद भी ये गल्ला नहीं समझ सकया कि मेरा पड़ोसी है कौन, मेरा गुआंढी है कौन, मैं किदा अनंत जीवन पा सकता, मैं किदा परमेश्वर की हजूरी विच रह सकता। ते यीशु ने आख्या यरूशलम तो जरीहो वल नूं जांदा एक मनुख डाकुआं दे काबू आ गया ते उन्होंने नंगा किया, मारिया ते अध मोया करके चले गए। हालेलुया। मतलब के ना उन्हें पूरी तरह डेड किया, उदी मौत नहीं हुई हजे, हले वह तड़फ रहा है, उदे जख्म किते ते उदे कपड़े खोले ते उनको जो भी सिगा सारा कुछ खोलिया ते उन्हें अध मोया करके चले गए। हालेलुया। देखो यरूशलम एक रब की हजूरी आ, यरूशलम एक परमेश्वर की हजूरी आ, परमेश्वर का घर है। बाइबल दस दी आ कि इनू अपना घर कहा गया है। यरूशलम नू किहड़ा घर कहा गया? अपना घर। अपने घर नू छड के यह बंदा कित्थे जा रहा सीगा? जरीहो नू क्या कहा गया है? एक पाप की नगरी। की कहा गया भाई? एक पाप की नगरी कहा गया। यह अपने घर नू छड के एक पाप की नगरी के वल जा रहा सीगा। और बाइबल दे विच लिखिया यह जदों जांदा जांदा डाकुआं दे हत्थ आ गया, मतलब शैतान दे हत्थ आ गया। मैं पहले दसिया जिहड़ा रब की हजूरी दे विच बाहर निकलदा, बाहर निकलदे उन सारे ही दुष्ट उन्हों आके फड़ लैंदा है। ते दुष्ट फिर हाल किदां दा करदा आ? एक तां घरों बेघर कर दिंदा, एक तां उहदे अंदरों जो भी उहदा हुंदा सारा कुछ तबाह कर दिंदा, नाश कर दिंदा, लाचार कर दिंदा आ। बड़े ध्यान दे नाल सुनना, उन्हों बिल्कुल लाचार कर दिंदा आ जदों कोई इंसान परमेश्वर की हजूरी नूं छड्ड के जांदा आ। इस करके गलती ना भी कदे भी परमेश्वर तो दूर होने दे लई ना सोचो, परमेश्वर दे वल आन लई सोचो। हालेलुया। परमेश्वर दे वल अपना कदम बढ़ाने दे लई सोचो। जदों ओ बंदा पिया होया सीगा, उन्हों अध मोया करके सुटिया होया सीगा, तां की होया? देखो बड़े ध्यान नाल सुनना, उन्हों देख देख के लोकी लंघ रहे सीगे, उहदा मखौल अड़ा अड़ा के लंघ रहे सीगे। ਇਹ ਜਿਹੜਾ ਹੋ ਰਿਹਾ ਜੋ। ਹਾਲੇਲੂਇਆ।